ਜਿੱਥੇ ਦੇਰ ਰਾਤ ਇੱਕ ਸੜਕ ਹਾਦਸਾ ਵਾਪਰਿਆ ਕਾਰਨ ਦੱਸਿਆ ਜਾ ਰਿਹਾ ਕਿ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਉਸ ਤੋਂ ਬਾਅਦ ਇਹ ਸੜਕ ਹਾਦਸਾ ਵਾਪਰਦਾ ਹੈ ਗੱਡੀ ਦੇ ਵਿੱਚ ਪੰਜ ਲੋਕ ਮੌਜੂਦ ਹੁੰਦੇ ਨੇ ਵਿੱਚੋਂ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਨੇ ਤੇ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਇਸ ਹਾਦਸੇ ਦੀ ਤਫ਼ਤੀਸ਼ ਹੈ, ਇੱਕ ਘਟਨਾ ਦੀ ਤਫ਼ਤੀਸ਼ ਹੈ ਉਹ جاری ਹੈ, ਪੁਲਿਸ ਜਾਂਚ ਕਰ ਰਹੀ ਹੈ। ਪਰ ਤੁਹਾਨੂੰ ਦੱਸਤੀ ਕਿ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਨੇ, ਕਈ ਵਾਰ ਤੁੰਦ ਕਾਰਨ ਵਾਪਰਦੇ ਨੇ, ਕਈ ਵਾਰ ਆਪਸੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ ਤੇ ਟੱਕਰ ਜਾਂਦੀਆਂ ਨੇ ਆਪਸ ਗੱਡੀਆਂ ਉਸ ਤੋਂ ਬਾਅਦ ਲੋਕ ਆਪਣੀ ਜਾਨ ਗਵਾ ਲੈਂਦੇ ਨੇ ਸੜਕ ਹਾਦਸਿਆਂ ਦੇ ਵਿੱਚ ਤਾਂ ਹੁਣ ਵੱਡੀ ਖਬਰ ਹੈ ਮੁਕੇਰੀਆ ਤੋਂ ਸਾਹਮਣੇ ਆਤੀ ਹੈ ਜਿੱਥੇ ਦੇਰ ਰਾਤ ਇੱਕ ਗੱਡੀ 'ਚ ਸਵਾਰ ਹੋ ਕੇ ਪੰਜ ਜੀ ਦਿੱਲੀ ਦੇ ਨੌਇਡਾ ਵਿੱਚ ਕਿਸੇ ਨਿੱਜੀ ਕੰਮ ਲਈ ਚੱਲੇ ਸੰਤਪ ਵਿਚਕਾਰ ਇਹ ਸੜਕ ਹਾਦਸਾ ਵਾਪਰਦਾ ਮੁਕੇਰੀਆਂ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਮੁਕੇਰੀਆ ਦੇ ਕਰੀਬ ਇਹ ਸੜਕ ਹਾਦਸਾ ਵਾਪਰਿਆ ਜਿੱਥੇ ਪੰਜ ਲੋਕ ਗੱਡੀ 'ਚ ਸਵਾਰ ਸੰਤ ਪੰਜ 'ਚੋਂ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਲਗਾਤਾ ਸੜਕ ਹਾਦਸੇ ਨੇ ਉਹ ਵਾਪਰੇ ਨੇ ਕਈ ਵਾਰ ਸਰਕਾਰਾਂ ਨੂੰ ਅਸੀਂ ਦੋਸ਼ ਦੇ ਦਿੰਦੇ ਹਾਂ ਕਿਉਂਕਿ ਸੜਕਾਂ ਤੇ ਜੋ ਟੋਏ ਨੇ ਕਈ ਵਾਰ ਉਹ ਸੜਕ ਹਾਦਸੇ ਦਾ ਕਾਰਨ ਬਣ ਜਾਂਦੇ ਨੇ ਕਈ ਵਾਰ ਤੇਜ਼ ਰਫ਼ਤਾਰ ਹੁੰਦੀ ਗੱਡੀ ਦੀ ਤਾਂ ਉਹ ਸੜਕ ਹਾਦਸੇ ਦਾ ਕਾਰਨ ਬਣ ਜਾਂਦੇ ਕਿਉਂਕਿ ਜਲਦਬਾਜ਼ੀ ਦੇ ਵਿੱਚ ਅਸੀਂ ਜੋ ਸਪੀਡ ਹੈ ਤੇਜ਼ ਕਰ ਲੈਂਦੇ ਆਪਣੇ ਵਾਹਨਾਂ ਦੀ ਸਪੀਡ ਤੇਜ਼ ਕਰ ਲੈਂਦੇ ਆਲਾ ਤਾਂ ਕਈ ਵਾਰ ਕਾਬੂ ਵਿੱਚ ਨਹੀਂ ਰਹਿੰਦੇ ਵਾਹਨ ਜੋ ਸਪੀਡ ਹੈ ਕਾਬੂ ਵਿੱਚ ਨਹੀਂ ਰਹਿੰਦੀ ਕੰਟਰੋਲ 'ਚ ਨਹੀਂ ਰਹਿੰਦੀ ਤੇ ਉਸ ਤੋਂ ਬਾਅਦ ਸੜਕ ਹਾਦਸੇ ਵਾਪਰਦੇ ਨੇ ਪਰ ਇਹ ਇਸ ਵਾਰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਕਿ ਦੇਰੀ ਸਹੀ ਪਰ ਜਲ ਤੋਤੇ ਕੁਝ ਵੀ ਨਹੀਂ ਹੈਗਾ ਤਾਂ ਕਈ ਵਾਰ ਅਸੀਂ ਤੇਜ਼ ਰਫਤਾਰ ਗੱਡੀਆਂ ਚਲਾਉਂਦੇ ਨਾ ਕਈ ਵਾਰ ਇਹ ਵੀ ਦੇਖਿਆ ਕਿ ਨੌਜਵਾਨ ਮੁੰਡੇ ਰੇਸਾ ਲਾਂਦੇ ਨੇ ਰੇਸਾ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਕਈ ਵਾਰ ਇਹ ਵੀ ਹੁੰਦਾ ਹੈ ਤਾਂ ਇਸ ਦੌਰਾਨ ਸਰਕਾਰ ਵੱਲੋਂ ਵੀ ਲਗਾਤਾਰ ਜਾਗਰੂਕ ਕੀਤਾ ਜਾਂਦਾ ਹੈ ਵੱਖ-ਵੱਖ ਥਾਵਾਂ ਤੇ ਰੋਡਸ ਦੇ ਉੱਤੇ ਹਾਈਵੇਜ਼ ਦੇ ਉੱਤੇ ਬੋਰਡ ਲੱਗੇ ਹੋਏ ਨੇ ਇਹ ਵੀ ਸਰਕਾਰ ਵੱਲੋਂ ਜਾਗਰੂਕ ਕੀਤਾ ਜਾਂਦਾ ਹੈ ਟ੍ਰੈਫਿਕ ਅਵੇਰਨੈਸ ਪ੍ਰੋਗਰਾਮਸ ਲਗਾਏ ਜਾਂਦੇ ਨੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਤੇਜ਼ ਰਫਤਾਰ ਜੇ ਗੱਡੀ ਚਲਾਓਗੇ ਤਾਂ ਹਾਦਸੇ ਦਾ ਸ਼ਿਕਾਰ ਤੁਹਾਡੀ ਗੱਡੀ ਹੋ ਸਕਦੇ ਤੁਸੀਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਜੋ ਗੱਡੀ ਦੀ ਜੋ ਸਪੀਡ ਹੈ ਉਹ ਤੁਹਾਡੇ ਕੰਟਰੋਲ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਜੋ ਤਸਵੀਰਾਂ ਤੁਸੀਂ ਲਗਾਤਾਰ ਡੇਲੀ ਪੋਸਟ ਪੰਜਾਬੀ ਤੇ ਦੇਖ ਰਹੇ ਹੋ ਤਸਵੀਰਾਂ ਇਹ ਸੜਕ ਹਾਦਸੇ ਦੀਆਂ ਨੇ ਜਿਸ ਦਾ ਕਾਰਨ ਇਹ ਬੰਦਾ ਹੈ ਕਿ ਜੋ ਗੱਡੀ ਦੀ ਸਪੀਡ ਹੁੰਦੀ ਹੈ ਉਹ ਕਾਬੂਚ ਨਹੀਂ ਹੁੰਦੀ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਉਸ ਤੋਂ ਬਾਅਦ ਇਹ ਸੜਕ ਹਾਦਸਾ ਵਾਪਰਦਾ ਹੈ ਤਾਂ ਮੁਖੇਰੀਆ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਹੈ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਨੇ ਤਾਂ ਡੇਲੀ ਪੋਸਟ ਪੰਜਾਬੀ ਤੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸੜਕ ਹਾਦਸੇ ਦੀਆਂ ਤਸਵੀਰਾਂ ਨੇ ਤਾਂ ਇੱਕ ਵਾਰ ਤਾਂ ਇਸ ਜੋ ਮੰਜ਼ਰ ਹੈ ਜੋ ਇਹ ਤਸਵੀਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਹਰ ਇੱਕ ਦੀ ਰੂਹ ਕੰਮ ਜਾਵੇਗੀ ਕਿ ਕਿੰਨਾ ਭਿਆਨਕ ਇਹ ਸੜਕ ਹਾਦਸਾ ਰਿਹਾ ਹੋਏਗਾ ਤਾਂ ਗੱਡੀ ਦਾ ਬੁਰਾ ਹਾਲ ਹੋ ਚੁੱਕਿਆ ਹੈ ਤੁਸੀਂ ਆਪ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਇਸ ਦਾ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਅੰਦਰ ਜੋ ਲੋਕ ਸਵਾਰ ਹੋਣਗੇ ਉਹਨਾਂ ਦੀ ਕਿੰਨੀ ਬੁਰੀ ਹਾਲਤ ਹੋਈ ਹੋएगी ਤਾਂ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੀ ਜਾ ਰਹੇ ਨੇ ਜ਼ਿਹਰੇ ਇਲਾਜ ਨੇ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਤਫ਼ਤੀਸ਼ ਜਾਰੀ ਹੈ ਤਾਂ ਤੁਹਾਨੂੰ ਦੱਸਦੀ ਹਾਂ ਮੁਕੇਰੀਆ ਦੇ ਨੇੜੇ ਇਹ ਹਾਦਸਾ ਵਾਪਰਿਆ ਤੇ ਦਿੱਲੀ ਨੋਇਡਾ ਤੋਂ ਕਿਸੇ ਨਿਜੀ ਕੰਮ ਲਈ ਆ ਰਹੇ ਸਨ ਜਿਸ ਦੌਰਾਨ ਇਹ ਸੜਕ ਹਾਦਸਾ ਵਾਪਰਦਾ ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੇਜ਼ ਰਫ਼ਤਾਰ ਹੁੰਦੀਆਂ ਗੱਡੀਆਂ ਦੀ ਤਾਂ ਆਪਣੇ ਕੰਮ ਲਈ ਜਦੋਂ ਅਸੀਂ ਲੇਟ ਨਿਕਲਦੇ ਆ ਉਸ ਤੋਂ ਬਾਅਦ ਗੱਡੀ ਤੇਜ਼ ਚਲਾ ਲੈਂਦੇ ਆ ਕਿ ਟਾਈਮ 'ਤੇ ਕਿਸੇ ਕੰਮ ਲਈ ਜਿੱਥੇ ਜਾ ਰਹੇ ਆ ਉੱਥੇ ਪਹੁੰਚ ਜਾਈਏ ਪਰ ਇਹ ਬਹੁਤ ਜ਼ਰੂਰੀ ਹੈ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਦੇਰੀ ਚੰਗੀ ਹੈ ਪਰ ਜਾਨ ਤੋਤੇ ਕੁਝ ਨਹੀਂ ਹੈ ਤਾਂ ਸਰਕਾਰ ਤੁਹਾਨੂੰ ਜਾਗਰੂਕ ਕਰਦੀ ਹੈ ਲਗਾਤਾਰ ਛੋਟੀ ਕਲਾਸਾਂ ਦੇ ਵਿੱਚ ਹੀ ਬੱਚਿਆਂ ਲਈ ਵੀ ਪ੍ਰੋਗਰਾਮਸ ਕਰਾਈ ਜਾਂਦੇ ਨੇ ਪ੍ਰੈਜੈਂਟੇਸ਼ਨਸ ਕਰਾਈਆਂ ਜਾਂਦੀਆਂ ਨੇ ਲੈਕਚਰਸ ਹੁੰਦੇ ਨੇ ਦੱਸਿਆ ਜਾਂਦਾ ਹੈ ਕਿ ਟ੍ਰੈਫਿਕ ਰੂਲਸ ਨੂੰ ਜ਼ਰੂਰ ਫੋਲੋ ਕਰੋ ਜੋ ਸਪੀਡ ਦੱਸੀ ਜਾਂਦੀ ਹੈ ਮਿਨਿਮਮ ਸਪੀਡ ਦੱਸੀ ਜਾਂਦੀ ਹੈ ਹਰੇਕ ਹਾਈਵੇ ਤੇ ਲਿਖੀ ਹੁੰਦੀ ਹੈ ਕਿ ਇੰਨੀ ਸਪੀਡ ਤੇ ਤੁਸੀਂ ਜ਼ਰੂਰ ਗੱਡੀ ਚਲਾਓ ਤਾਂ ਉਸੇ ਸਪੀਡ ਤੇ ਗੱਡੀ ਚਲਾਨੀ ਚਾਹੀਦੀ ਹੈ ਨਾਲੇ ਜਦੋਂ ਦੇਰ ਰਾਤ ਤੁਸੀਂ ਗੱਡੀਆਂ ਚਲਾਉਂਦੇ ਹੋ ਤਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਸਪੀਡ ਰਫਤਾਰ ਹੈ ਗੱਡੀ ਦੀ ਬਹੁਤ ਤੇਜ਼ ਹੁੰਦੀ ਹੈ ਤਾਂ ਇਹ ਵੀ ਜੋ ਕਾਰਨ ਇਸ ਸੜਕ ਹਾਦਸੇ ਦਾ ਦੱਸਿਆ ਜਾ ਰਿਹਾ ਕਿ ਗੱਡੀ ਦੀ ਰਫਤਾਰ ਤੇਜ਼ ਸੀ ਸੰਤੁਲਨ ਵਿਗੜ ਜਾਂਦਾ ਗੱਡੀ ਦਾ ਉਸ ਤੋਂ ਬਾਅਦ ਇਸ ਸੜਕ ਹਾਦਸਾ ਵਾਪਰਦਾ ਹੈ ਜਿਸ ਵਿੱਚ ਦੋ ਜੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਜ਼ੇਰੇ ਇਲਾਜ ਨੇ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਹੈ ਤੇ ਵੱਡੇ ਖੁਲਾਸੇ ਹੋ ਸਕਦੇ ਨੇ ਪੁਲਿਸ ਜਾਂਚ ਕਰੇਗੀ ਤਾਂ ਹੋਰ ਵੀ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਪੰਜ ਜੀ ਇਸ ਗੱਡੀ ਦੇ ਵਿੱਚ ਮੌਜੂਦ ਸਨ ਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗੱਡੀ ਦੀ ਹਾਲਤ ਹੈ ਉਹ ਬਣੀ ਹੋਈ ਹੈ ਤਾਂ ਦੀ ਹਾਲਤ ਇਸ ਵਕਿੰਨੀ ਖਰਾਬ ਹੈ ਤਾਂ ਇਹ ਸਾਫ ਪਤਾ ਲੱਗ ਸਕਦਾ ਕਿ ਸ਼ਾਇਦ ਜੋ ਅਗਲੀ ਸੀਟ ਤੇ ਡਰਾਈਵਰ ਸੀਟ ਤੇ ਤੇ ਨਾਲ ਵਾਲੀ ਸੀਟ ਤੇ ਜੋ ਬੈਠਿਆ ਹੋਏਗਾ ਫਰੰਟ ਸੀਟ ਤੇ ਉਹ ਸ਼ਾਇਦ ਨਹੀਂ ਬਚੇ ਹੋਣਗੇ ਕਿਉਂਕਿ ਗੱਡੀ ਦੀ ਜੋ ਹਾਲਤ ਇਸ ਤੋਂ ਸਾਫ ਹੋ ਰਿਹਾ ਤਾਂ ਮੁਕੇਰੀਆ ਦਾ ਮਾਮਲਾ ਹੈ ਸੜਕ ਹਾਦਸਾ ਵਾਪਰਦਾ ਹੈ ਤੇਜ਼ ਰਫ਼ਤਾਰ ਗੱਡੀਆਂ ਚਲਾ ਲੈਂਦੇ ਨੇ ਲੋਕ ਗੱਡੀ ਦੀ ਜੋ ਸਪੀਡ ਹੈ ਉਹ ਕੰਟਰੋਲ ਵਿੱਚ ਨਹੀਂ ਹੁੰਦੀ ਕਾਬੂ ਚ ਨਹੀਂ ਹੁੰਦੀ ਤਾਂ ਕਦੀ ਜਦੋਂ ਕੁਝ ਕੋਈ ਜੀ ਸਾਹਮਣੇ ਆ ਜਾਤਾ 브্রেক ਮਾਰਨੀ ਪੈਂਦੀ ਹੈ ਤਾਂ ਉਸ ਦੌਰਾਨ ਇਹ ਸੜਕ ਹਾਦਸੇ ਵਾਪਰਦੇ ਨੇ ਤਾਂ ਕਈ ਵਾਰ ਅਸੀਂ ਸਰਕਾਰਾਂ ਨੂੰ ਵੀ ਦੋਸ਼ ਦਿੰਦੇ ਨੇ ਦੇ ਦਿੰਦੇ ਆ ਕਿਉਂਕਿ ਹਾਈਵੇ ਸ ਤੇ ਚੱਲ ਜਾਓ ਯਾਰ ਆਮ ਜੋ ਸੜਕਾਂ ਨੇ ਉਹ ਕਿ ਉਹਨਾਂ ਦੀ ਦੁਰਦਸ਼ਾ ਹੈ ਕਿ ਇਹ ਖਰਾਬ ਹਾਲਤ ਦੇ ਵਿੱਚ ਸੜਕਾਂ ਨੇ ਕਈ ਵਾਰ ਟੋਏ ਹਾਦਸੇ ਦਾ ਕਾਰਨ ਬਣ ਜਾਂਦੇ ਨੇ ਕਈ ਵਾਰ ਤੇਜ਼ ਰਫ਼ਤਾਰ ਹਾਦਸੇ ਦਾ ਕਾਰਨ ਬਣ ਜਾਂਦੀ ਹੈ ਕਈ ਵਾਰ ਇਨਸਾਨ ਪਟਕ ਜਾਂਦੇ ਕਈ ਵਾਰ ਨੀਂਦ ਦੀ ਚਪਕੀ ਆ ਜਾਂਦੀ ਹੈ ਕਈ ਵਾਰ ਉਹ ਹਾਦਸੇ ਦਾ ਕਾਰਨ ਬਣ ਜਾਂਦੀ ਹੈ ਤਾਂ ਬਹੁਤ ਸੇ ਹਾਦਸਿਆਂ ਦੇ ਕਾਰਨ ਨੇ ਪਰ ਜੋ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਗੱਡੀ ਦੀ ਜੋ ਹਾਲਤ ਬਣੀ ਹੋਈ ਹੈ ਕਿੰਨੀ ਭਿਆਨ ਕਿੰਨਾ ਭਿਆਨਕ ਇਹ ਹਾਦਸਾ ਹੋਏਗਾ ਕਿ ਗੱਡੀ ਦੀ ਕਿੰਨੀ ਬੁਰੀ ਹਾਲਤ ਹੈ ਗੱਡੀ ਬਿਲਕੁਲ ਡਿਸਟਰਾਏ ਹੋ ਗਈ ਬਿਲਕੁਲ ਖਤਮ ਹੋ ਚੁੱਕੀ ਹੈ ਬਿਲਕੁਲ ਖਰਾਬ ਹੋ ਗਈ ਹੈ ਗੱਡੀ ਤੇ ਜ਼ਾਹਿਰ ਜੀ ਗੱ ਡਰਾਈਵਰ ਸੀਟ ਤੇ ਬੈਠਾ ਹੋਏਗਾ ਜੋ ਫਰੰਟ ਸੀਟ ਤੇ ਬੈਠਾ ਹੋਏਗਾ ਡਰਾਈਵਰ ਸੀਟ ਦੇ ਨਾਲ ਤਾਂ ਉਹ ਸ਼ਾਇਦ ਹੀ ਬਚੇ ਹੋਣਗੇ ਤਾਂ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ ਜਿਹੜੇ ਇਲਾਜ ਨੇ ਤਾਂ ਦੇਰ ਰਾਤ ਮੁਕੇਰੀਆਂ ਦੇ ਕਰੀਬ ਇਹ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਦੇਖ ਰਹੇ ਹੋ